शहीद भाई कृष्ण भगवान सिंह देव जिहड़े सपुत्र आ उह मोर्चा ला के बैठे हुए आ। लंबा समा हो चुका आ पर इंसाफ जिहड़ा आ उह नहीं मिल रहा। भाई अमृतपाल सिंह खालसा ने उत्थे ऐलान किया सी पिछली बारी कि जेकर सरकार ने डेढ़ महीने का समा मंगिया तो असी डेढ़ महीने का समा दें, पर जेकर डेढ़ महीने च इंसाफ ना दिता जिथे इन्ना समा लंघ गया उत्थे कुछ होर समा भी कढ़ लैंदे आ ते फिर जिहड़ा खालसे की हकूमत का जिहड़ा ऐलान आ उह कीता जाएगा, सरबत खालसा जिहड़ा आ उह बुलाया जाएगा। वड्डी पद्धर ते जिहड़ी सिख संगत आ ਉਹ ਭਾਈ ਅੰਮ੍ਰਿਤਪਾਲ ਸਿੰਘ ਤੋਂ ਵੱਡੀਆਂ ਆਸਾਂ ਜਿਹੜੀਆਂ ਉਮੀਦਾਂ ਆ ਉਹ ਰੱਖ ਰਹੀ ਹੈ। ਸੋ ਆਸ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹ ਇਸ ਸੰਘਰਸ਼ ਨੂੰ ਜਿਹੜਾ ਆ ਉਹ ਅੱਗੇ ਤੋਰਨਗੇ ਅਤੇ ਖਾਲਸੇ ਦੀ ਹਕੂਮਤ ਦਾ ਜਿਹੜਾ ਐਲਾਨ ਆ ਉਹ ਫਿਰ ਕਰਨਗੇ। ਲੱਗਦਾ ਜਦੋਂ ਅਨੰਦਪੁਰ ਸਾਹਿਬ ਪਹੁੰਚੇਗਾ ਜਥਾ ਹੋ ਸਕਦਾ ਉੱਥੇ ਸਰਬੱਤ ਖਾਲਸਾ ਬੁਲਾ ਲਿਆ ਜਾਵੇ। ਦੇਖੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੂਰੀਆਂ ਤਿਆਰੀਆਂ ਦੇ ਵਿੱਚ ਜਿਹੜਾ ਆ ਉਹ ਲੱਗੇ ਹੋਏ ਆ। ਸੋ ਅੱਜ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਖਾਲਸਾ ਜਿਹੜਾ ਵਹੀਰ ਆ ਉਹ ਜਾ ਰਿਹਾ। ਰਸਤੇ ਵਿੱਚ ਅਨੇਕਾਂ ਸਿੱਖ ਸੰਗਤਾਂ ਨੇ ਉਹਨਾਂ ਦੇ ਜਥੇ ਦੇ ਨਾਲ ਜਿਹੜਾ ਆ ਉਹ ਜੁੜਨਾ। ਸੰਗਤਾਂ ਦੇ ਵਿੱਚ ਵੱਡੀ ਜਿਹੜੀ ਜਾਗਰੂਕਤੀ ਆ ਉਹ ਆਉਣੀ ਆ, ਸੰਗਤਾਂ ਨੂੰ ਜਿਹੜਾ ਬੰਨਣ ਦੇ ਜਿਹੜੇ ਯਤਨ ਆ ਉਹ ਕੀਤੇ ਜਾ ਰਹੇ ਆ। ਸੋ ਭਵਿੱਖ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਵੱਡਾ ਜਿਹੜਾ ਪ੍ਰੋਗਰਾਮ ਆ ਉਹ ਵੀ ਦਿੱਤਾ ਜਾ ਸਕਦਾ ਆ। ਸੋ ਅਜਿਹੇ ਪ੍ਰੋਗਰਾਮ ਦੀ ਸਿੱਖ ਕੌਮ ਦੇ ਵੱਲੋਂ ਜਿਹੜੀ ਉਮੀਦ ਆ ਉਹ ਵੀ ਜਿਹੜਾ ਆ ਉਹ ਕੀਤੀ ਜਾ ਰਹੀ ਹੈ। ਗੁਰਬਾਣੀ ਖੰਡ ਬਾਣੀ ਚੈਨਲ ਦੇਖ ਰਹੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਦਾਸ ਜਸਵੀਰ ਸਿੰਘ ਸਸਤੇਵਾਲਾ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਬਾਹਰ ਮੌਜੂਦ ਹਾਂ। ਅੱਜ ਇੱਥੋਂ ਜਥਾ ਤੁਰਨਾ, ਖਾਲਸਾ ਵਹੀਰ ਚੱਲਣਾ। ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸਾਡੇ ਨਾਲ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਤੋਂ ਨੇ, ਸਵਾਗਤ ਕਰ ਲੈਂਦੇ ਹਾਂ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਿੱਦਾਂ ਦੇਖਦੇ ਹੋ ਸਾਰਾ ਇਸ ਪ੍ਰੋਗਰਾਮ ਨੂੰ, ਕਿੱਦਾਂ ਦੇਖਦੇ ਹੋ ਪੰਜਾਬ ਦੇ ਕੋਨੇ ਕੋਨੇ ਵਿੱਚ ਹੁੰਦੀ ਹੋਈ ਵਹੀਰ ਅਨੰਦਪੁਰ ਸਾਹਿਬ ਪਹੁੰਚੇਗੀ, ਫਿਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਾਰ ਗਿਆ ਉਹਦੇ ਤੋਂ ਹੁੰਦੀ ਹੋਈ ਤਖ਼ਤ ਦਮਦਮਾ ਸਾਹਿਬ ਪਹੁੰਚੇਗੀ, ਕਿੱਦਾਂ ਦੇਖਦੇ ਹੋ ਸਾਰੇ ਪ੍ਰੋਗਰਾਮ? ਦੇਖੋ ਇਹ ਬੜਾ ਇਤਿਹਾਸਿਕ ਅਤੇ ਆਨੰਦਮਈ ਵਰਤਾਰਾ ਆ ਜੀ। ਇਹਦੀ ਲੋੜ ਵੀ ਬੇਹੱਦ ਸੀ। ਲੰਬੇ ਸਮੇਂ ਤੋਂ ਹਿੰਦੁਸਤਾਨ ਦੀ ਹਕੂਮਤ ਦੇ ਵੱਲੋਂ ਜਿਹੜੀ ਸਾਡੀ ਨਸਲ ਕੁਸ਼ੀ ਆ ਉਹ ਕੀਤੀ ਜਾ ਰਹੀ ਆ ਜੀ। ਉਸ ਨਸਲ ਕੁਸ਼ੀ ਨੂੰ ਠੱਲ ਪਾਉਣ ਦੇ ਵਾਸਤੇ ਇਹ ਸਭ ਤੋਂ ਵਧੀਆ ਜਿਹੜਾ ਆ ਉਹ ਤਰੀਕਾ ਆ। ਇਹਦੇ ਨਾਲ ਜਿੱਥੇ ਇੱਕ ਸਾਡੀ ਪੁਰਾਤਨ ਜਿਹੜੀ ਰਵਾਇਤ ਆ ਉਹ ਸੁਰਜੀਤ ਹੋ ਰਹੀ ਆ ਜੀ, ਇਹਦੇ ਨਾਲ ਸਿੱਖ ਸੰਗਤਾਂ ਦੇ ਵਿੱਚ ਜਿਹੜੀ ਵੱਡੀ ਜਾਗਰਤੀ ਆ ਉਹ ਵੀ ਆਵੇਗੀ। ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਇਹ ਜੋ ਖਾਲਸਾ ਵਹੀਰ ਜਿਹੜਾ ਜਥਾ ਆ ਉਹ ਤੁਰਨ ਜਾ ਰਿਹਾ ਆ। ਜਗ੍ਹਾ ਜਗ੍ਹਾ ਦੇ ਉੱਤੇ ਵੱਖ ਵੱਖ ਸਥਾਨਾਂ ਦੇ ਉੱਤੇ ਪੜਾਵਾਂ ਦੇ ਉੱਤੇ ਅੰਮ੍ਰਿਤ ਸੰਚਾਰ ਹੋਣਗੇ, ਗੁਰਮਤਿ ਸਮਾਗਮ ਜਿਹੜੇ ਆ ਉਹ ਹੋਣਗੇ, ਅਤੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਤੋਂ ਜਿਹੜੇ ਰਹਿਤ ਆ ਉਹ ਹੋਣਗੇ, ਪਤੇ ਪੁਣੇ ਦਾ ਜਿਹੜਾ ਤਿਆਗ ਆ ਉਹ ਕਰਨਗੇ, ਆਪਣੇ ਬਾਣੀ ਬਾਣੇ ਦੇ ਨਾਲ, ਧਰਮ ਦੇ ਨਾਲ, ਇਤਿਹਾਸ ਦੇ ਨਾਲ, ਸੱਭਿਆਚਾਰ ਦੇ ਨਾਲ, ਵਿਰਸੇ ਦੇ ਨਾਲ ਜੁੜਨਗੇ, ਆਪਣੇ ਮੂਲ ਦੀ ਜਿਹੜੀ ਪਛਾਣ ਆ ਉਹ ਕਰਨਗੇ। ਅਤੇ ਇਹਦੇ ਨਾਲ ਨਾਲ ਜਿੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇਗਾ ਉੱਥੇ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਕੌਮ ਦੀ ਆਜ਼ਾਦੀ ਦੇ ਲਈ, ਖਾਲਿਸਤਾਨ ਦੀ ਆਜ਼ਾਦੀ ਦੇ ਲਈ, ਉਹਨੂੰ ਵੀ ਜਿਹੜਾ ਵੱਡਾ ਜਿਹੜਾ ਬਲ ਆ ਉਹ ਮਿਲੇਗਾ, ਜਿਹੜੀ ਖੜੋਤ ਆ ਉਹ ਟੁੱਟੇਗੀ। ਨਸਲਕੁਸ਼ੀ ਦੀ ਗੱਲ ਕਰ ਰਹੇ ਸੀ, ਭਾਰਤੀ ਹਕੂਮਤ ਉਹ ਲਗਾਤਾਰ ਸਾਡੀ ਨਸਲਕੁਸ਼ੀ ਕਰ ਰਹੀ ਹੈ। ਇਹ ਨਸਲਕੁਸ਼ੀ ਕਦੀ ਸਰੀਰਕ ਰੂਪ ਵਿੱਚ ਹੁੰਦੀ ਹੈ, ਕਦੀ ਮਾਨਸਿਕ ਰੂਪ ਵਿੱਚ ਕਰਦੀ ਹੈ, ਕਦੀ ਲੁਕਵੇਂ ਰੂਪ ਵਿੱਚ ਹੁੰਦੀ ਹੈ, ਕਦੀ ਸਿਧਾਂਤਕ ਰੂਪ ਵਿੱਚ ਹੁੰਦੀ ਹੈ। 1984 ਦੇ ਵਿੱਚ ਸਾਨੂੰ ਟੈਂਕਾਂ, ਤੋਪਾਂ, ਬੰਬਾਂ, ਮਸ਼ੀਨ ਗੰਨਾਂ ਦੇ ਨਾਲ ਜਿਹੜਾ ਆ ਉਹ ਮਾਰਿਆ ਗਿਆ। ਇਸ ਤੋਂ ਬਾਅਦ ਸਾਡੇ ਝੂਠੇ ਮੁਕਾਬਲੇ ਬਣਾਉਣ ਦਾ ਜਿਹੜਾ ਦੌਰ ਆ ਉਹ ਚੱਲਿਆ, ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਜਿਹੜਾ ਸ਼ਹੀਦ ਆ ਉਹ ਕਰ ਦਿੱਤਾ ਗਿਆ। ਤਕਰੀਬਨ 1,00,000 ਨੌਜਵਾਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਆ ਉਹ ਹੋਈਆਂ ਸਿੱਖਾਂ ਦੇ ਗਲਾਂ ਦੇ ਵਿੱਚ, ਦਿੱਲੀ ਵਿੱਚ ਜਿਹੜੇ ਟਾਇਰ ਪਾ ਕੇ ਅੱਗਾਂ ਜਿਹੜੀਆਂ ਉਹ ਲਾਈਆਂ ਗਈਆਂ। ਇਸ ਤੋਂ ਬਾਅਦ ਨਸ਼ਿਆਂ ਰਾਹੀਂ ਜਿਹੜੀ ਸਾਡੀ ਨਸਲਕੁਸ਼ੀ ਆ ਉਹ ਕੀਤੀ ਜਾ ਰਹੀ ਹੈ। ਹਰ ਰੋਜ਼ ਦੀਆਂ ਅਖਬਾਰਾਂ ਪੜ੍ਹ ਕੇ ਦੇਖੋ ਕਿ ਕਿਵੇਂ 5-7 ਜਿਹੜੇ ਨੌਜਵਾਨ ਆ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਹੇ ਆ, ਨਸ਼ਿਆਂ ਦੀ ਜਿਹੜੀ ਭੇਂਟ ਆ ਉਹ ਚੜ੍ਹ ਰਹੇ ਆ। ਜਿਹੜੇ ਤਾਂ ਸਾਡੇ ਜੁਝਾਰੂ ਸਿੰਘ ਕੌਮ ਦੀ ਆਜ਼ਾਦੀ ਦੇ ਲਈ ਜੂਝਦੇ ਹੋਏ, ਸੰਘਰਸ਼ ਕਰਦੇ ਹੋਏ ਸ਼ਹਾਦਤਾਂ ਪਾ ਗਏ, ਉਹ ਤਾਂ ਧਰਮ ਦੇ, ਕੌਮ ਦੇ, ਪੰਥ ਦੇ ਲੇਖੇ ਲੱਗ ਗਏ, ਪਰ ਅੱਜ ਆ ਜਿਹੜੇ ਨਸ਼ਿਆਂ ਦੇ ਨਾਲ ਮਰ ਰਹੇ ਆ ਇਹਨਾਂ ਦੀ ਗਿਣਤੀ ਆਪਾਂ ਕਿਹਨਾਂ ਦੇ ਵਿੱਚ ਜਿਹੜਾ ਆ ਉਹ ਗਿਣਾਂਗੇ। ਸਰਕਾਰ ਚਾਹੁੰਦੀ ਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹ ਨਸ਼ੇੜੀ ਜਿਹੜਾ ਆ ਉਹ ਬਣ ਜਾਣ, ਇਸੇ ਤਰ੍ਹਾਂ ਆਪਣਾ ਜਿਹੜਾ ਜੀਵਨ ਆ ਉਹ ਗਰਕ ਕਰ ਲੈਣ, ਪਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਰਤਾਰੇ ਦੇ ਨਾਲ ਕੌਮ ਦੇ ਵਿੱਚ, ਪੰਥ ਦੇ ਵਿੱਚ ਵੱਡੀ ਜਿਹੜੀ ਜਾਗਰਤੀ ਆ ਉਹ ਆ ਰਹੀ ਆ। ਅਸੀਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਜਥੇਬੰਦੀ ਵੱਲੋਂ ਇਸ ਵਰਤਾਰੇ ਦਾ ਜਿਹੜਾ ਸਵਾਗਤ ਆ ਉਹ ਕਰਦੇ ਹਾਂ। ਹਰੇਕ ਸਿੱਖ ਨੂੰ ਜਿਹੜਾ ਅਪੀਲ ਕਰਦੇ ਹਾਂ ਕਿ ਉਹ ਖਾਲਸਾ ਵਹੀਰ ਦੇ ਵਿੱਚ ਜਿਹੜਾ ਸ਼ਾਮਿਲ ਹੋ ਕਰਕੇ
ते अपना जिहड़ा जीवन आ उस बारे तुसी देखो कि खालसा वहीर जदों हुण शुरू होण जा रही है ते सानू खालसा वहीर दे विच्चों पुरातन 18वीं सदी दे सिंघां दे जिहड़े दर्शन आ उह होणगे सानू उही जिहड़ा अहसास आ उह होएगा असीं महसूस जिहड़ा आ उह वर्तारे नूं करांगे। इस तरह संत ग्यानी जरनैल सिंह जी खालसा भिंडरांवाले जो दमदमी टकसाल दे 14वें मुखी सन उन्हां वल्लों भी इस तरह पिंडां शहरां दे विच विचर करके पंजाब अते पंजाब तो बाहर जिहड़े होर जिहड़े सूबे आ उन्हां विच विचर करके गुरमत दा जिहड़ा प्रचार प्रसार आ उह कीता जांदा सी। संत करतार सिंह जी महापुरश भी इस तरह करदे रहे, संत गुरबचन सिंह जी, संत सुंदर सिंह जी खालसा भिंडरांवाले, इह सिखी दी रवायत रही है। इस तरह जिहड़े साडे दल पंथ आ बुढ़ा दल जां तरना दल जां होर छड़ियां निहंग सिंह जथेबंदियां उन्हां वल्लों भी इस तरह ਜਿਹੜੇ ਦਲ ਪੰਥ ਆ ਉਹ ਪਿੰਡਾਂ ਸ਼ਹਿਰਾਂ ਵਿੱਚ ਜਾਂਦੇ ਸਨ, ਖਾਲਸਾ ਵਹੀਰ ਜਿਹੜੀ ਆ ਉਹ ਚੱਲਦੀ ਹੁੰਦੀ ਸੀ। ਇਸੇ ਤਰ੍ਹਾਂ ਸ਼ਹੀਦ ਭਾਈ ਫੌਜਾ ਸਿੰਘ ਜੀ ਜੋ ਖੰਡ ਕੀਰਤਨੀ ਜਥੇ ਦੇ ਗੁਰਸਿੱਖ ਸਨ ਉਹਨਾਂ ਵੱਲੋਂ ਵੀ ਇੱਕ ਜਥਾ ਬਣਾਇਆ ਗਿਆ ਸੀ, ਚੱਲਦਾ ਵਹੀਰ ਚੱਕਰਵਰਤੀ ਖਾਲਸਾ ਜਥਾ, ਅਤੇ ਉਹ ਵੀ ਇਸੇ ਤਰ੍ਹਾਂ ਪਿੰਡਾਂ ਸ਼ਹਿਰਾਂ ਵਿੱਚ ਗੁਰਮਤਿ ਦਾ ਜਿਹੜਾ ਪ੍ਰਚਾਰ ਪ੍ਰਸਾਰ ਆ ਉਹ ਕਰਦੇ ਸਨ। ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਭਾਈ ਅਮਰੀਕ ਸਿੰਘ ਦੀ ਅਗਵਾਈ ਦੇ ਵਿੱਚ ਇਸੇ ਤਰ੍ਹਾਂ ਗੁਰਮਤਿ ਕੈਂਪ ਜਿਹੜੇ ਆ ਉਹ ਲੱਗਦੇ ਰਹੇ ਆ। ਸੋ ਹੁਣ ਇਹ ਜਿਹੜੀ ਰਵਾਇਤ ਦੁਬਾਰਾ ਜਿਹੜੀ ਸੁਰਜੀਤ ਆ ਉਹ ਹੋਣ ਜਾ ਰਹੀ ਆ। ਸੋ ਚਾਹੇ ਆਪਾਂ ਖਾਲਸਾ ਵਹੀਰ ਕਹਿ ਲਈਏ, ਚਾਹੇ ਨਗਰ ਕੀਰਤਨ ਕਹਿ ਲਈਏ, ਜਿਵੇਂ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਦੇ ਵਿੱਚ ਜਾਗਰਤੀ ਲਿਆਉਣ ਦੇ ਵਾਸਤੇ ਜਿਹੜੇ 37 ਨਗਰ ਕੀਰਤਨ ਆ ਉਹ ਕੱਢੇ ਸੀ, ਸੋ ਬੜੀ ਵੱਡੀ ਜਿਹੜੀ ਜਾਗਰਤੀ ਆ ਉਹ ਆਈ ਸੀ। ਹੁਣ ਇਹ ਜਾਗਰਤੀ ਲਿਆਉਣ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹ ਵੱਡਾ ਜਿਹੜਾ ਰੋਲ ਆ ਉਹ ਅਦਾ ਜਿਹੜਾ ਆ ਉਹ ਕਰ ਰਹੀ ਆ। ਸਰਕਾਰ ਨੂੰ ਜਿਹੜੀ ਕੰਪਨੀ ਆ ਉਹ ਛਿੜੀ ਹੋਈ ਆ, ਸਰਕਾਰ ਨੂੰ ਕੰਪਨੀ ਛਿੜੀ ਹੋਈ ਆ। ਕੁਝ ਕੁ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਮਾਹੌਲ ਆ ਖਰਾਬ ਕਰ ਦੇਣਗੇ, ਜਿਵੇਂ 84 ਦੀ ਗੱਲ ਤੁਸੀਂ ਕੀਤੀ ਹੈ, ਕੁਝ ਕੁ ਜਿਹੜੇ ਆਪੋ ਬਣੇ ਹਿੰਦੂ ਲੀਡਰ ਨੇ ਉਹ ਵੀ ਕਹਿ ਦਿੰਦੇ ਨੇ, ਗੱਲ ਗੱਲ ਦੇ ਉੱਤੇ ਸਿੱਖਾਂ ਨੂੰ ਕਿਹਾ ਜਾਂਦਾ ਕਿ 84 ਯਾਦ ਕਰਾ ਦੇਵਾਂਗੇ, 84 ਦੁਬਾਰਾ ਆ ਜਾਵੇਗੀ, ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਸ ਚੀਜ਼ਾਂ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਸਿੱਖਾਂ ਦੇ ਵੱਲੋਂ ਕਦੀ ਵੀ ਜਿਹੜਾ ਮਾਹੌਲ ਆ ਉਹ ਖਰਾਬ ਕਰਨ ਦਾ ਜਿਹੜਾ ਯਤਨ ਆ ਉਹ ਨਹੀਂ ਕੀਤਾ ਗਿਆ, ਕਿਉਂਕਿ ਇਹ ਜਿਹੜਾ ਪੰਜਾਬ ਆ ਇਹ ਸਿੱਖ ਹੋਮਲੈਂਡ ਆ, ਸਾਡੀ ਜਿਹੜੀ ਆਪਣੀ ਜਿਹੜੀ ਆ ਉਹ ਧਰਤੀ ਆ। ਸੋ ਅਸੀਂ ਕਦੀ ਵੀ ਇਹਦਾ ਜਿਹੜਾ ਮਾਹੌਲ ਆ ਉਹ ਖਰਾਬ ਨਹੀਂ ਹੋਣ ਦੇਵਾਂਗੇ। ਹਮੇਸ਼ਾ ਸਰਕਾਰ ਨੇ ਮਾਹੌਲ ਖਰਾਬ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਆ। ਅਖੌਤੀ ਸ਼ਿਵ ਸੈਨਿਕਾਂ ਨੇ, ਫਿਰਕੂ ਹਿੰਦੂ ਤਵੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸਮੇਂ ਸਮੇਂ ਦੇ ਉੱਤੇ ਜਿਹੜਾ ਯਤਨ ਆ ਉਹ ਕੀਤਾ ਆ, ਅਤੇ ਉਹਦਾ ਬਾਅਦ ਵਿੱਚ ਇਹਨਾਂ ਨੂੰ ਹਸ਼ਰ ਵੀ ਜਿਹੜਾ ਆ ਉਹ ਭੁਗਤਣਾ ਪਿਆ। ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖੋ ਕਿ ਧਰਮਾਂ ਦੇ ਵਿੱਚ ਪਾੜਾ ਪਾਉਣ ਦੇ ਵਾਸਤੇ ਆ ਸੁਧੀਰ ਸੂਰੀ ਵਰਗੇ ਲੋਕਾਂ ਨੇ ਕਿੰਨੇ ਜਿਹੜੇ ਯਤਨ ਆ ਉਹ ਕੀਤੇ। ਸੁਧੀਰ ਸੂਰੀ ਵੱਲੋਂ ਸਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ਼, ਸਾਡੇ ਸ਼ਹੀਦਾਂ ਦੇ ਖਿਲਾਫ਼, ਸਾਡੇ ਨਾਇਕਾਂ ਦੇ ਖਿਲਾਫ਼, ਸਾਡੇ ਪੰਥ ਦੇ ਖਿਲਾਫ਼, ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ਼, ਸਾਡੀਆਂ ਧੀਆਂ ਭੈਣਾਂ ਦੇ ਖਿਲਾਫ਼ ਜਿਹੜੇ ਬੋਲਣ ਦੇ ਜਿਹੜੇ ਯਤਨ ਆ ਉਹਦੇ ਤੋਂ ਵੱਲੋਂ ਕੀਤੇ ਗਏ, ਬਕਵਾਸ ਉਹਦੇ ਵੱਲੋਂ ਹਰ ਰੋਜ਼ ਜਿਹੜੀ ਮਾਰੀ ਜਾਂਦੀ ਸੀ, ਕਦੀ ਉਹ ਸਿੱਖਾਂ ਨੂੰ 2% ਕਹਿੰਦਾ ਸੀ ਕਿ ਰਗੜ ਕੇ ਜਿਹੜਾ ਆ ਉਹ ਰੱਖ ਦੇਵਾਂਗੇ। ਸੋ ਬਾਅਦ ਵਿੱਚ ਇਹੋ ਜਿਹੇ ਲੋਕਾਂ ਨੂੰ ਜਿਹੜਾ ਹਸ਼ਰ ਆ ਉਹ ਵੀ ਆਪਣਾ ਜਿਹੜਾ ਭੁਗਤਣਾ ਪਿਆ। ਜੇਕਰ ਸਰਕਾਰ ਨੇ ਪਹਿਲਾਂ ਇਹਨਾਂ ਨੂੰ ਜਿਹੜੀ ਨਾਥੀ ਆ ਉਹ ਪਾਈ ਹੁੰਦੀ ਤਾਂ ਇਹਨਾਂ ਦਾ ਇਹ ਹਸ਼ਰ ਵੀ ਨਾ ਹੁੰਦਾ, ਅਤੇ ਅੱਜ ਜਿਹੜੇ ਲੋਕ ਸਾਡੇ ਧਰਮ ਦੇ ਮਾਮਲਿਆਂ ਦੇ ਵਿੱਚ ਜਿਹੜੀ ਦਖਲ ਅੰਦਾਜ਼ੀ ਆ ਉਹ ਕਰ ਰਹੇ ਆ, ਉਹਨਾਂ ਅਖੌਤੀ ਫਿਰਕੂ ਹਿੰਦੂ ਤਵੀਆਂ ਸ਼ਿਵ ਸੈਨਿਕਾਂ ਨੂੰ ਵੀ ਜਿਹੜਾ ਬਾਜ ਆ ਉਹ ਆ ਜਾਣਾ ਚਾਹੀਦਾ। ਬੇਵਜ੍ਹਾ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ, ਜਦਕਿ ਭਾਈ ਅੰਮ੍ਰਿਤਪਾਲ ਸਿੰਘ ਉਹ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਆ ਉਹ ਕਰ ਰਹੇ ਆ, ਨੌਜਵਾਨਾਂ ਨੂੰ ਬਾਣੀ ਬਾਣੇ ਦੇ ਨਾਲ ਜਿਹੜਾ ਆ ਉਹ ਜੋੜ ਰਹੇ ਆ, ਨਸ਼ਿਆਂ ਤੋਂ ਜਿਹੜਾ ਰਹਿਤ ਆ ਉਹ ਕਰ ਰਹੇ ਆ, ਅਤੇ ਹਿੰਦੂ ਸਿਸਟਮ ਨੂੰ ਹਿੰਦੂਆਂ ਨੂੰ ਇਹਦੇ ਤੋਂ ਕੀ ਤਕਲੀਫ ਆ? ਸੋ ਇੱਕ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਸਰਚ ਆਪਰੇਸ਼ਨ ਚਲਾਇਆ ਜਾਂਦਾ, ਨਾਂ ਤਾਂ ਲਿਆ ਜਾਂਦਾ ਕਿ ਚਿੱਟੇ ਦਾ ਕਰਕੇ ਹੋਰ ਨਸ਼ਿਆਂ ਦਾ ਕਰਕੇ ਜਿਹੜੀ ਚੈਕਿੰਗ ਆ ਉਹ ਘਰਾਂ ਦੀ ਹੋ ਰਹੀ ਹੈ, ਤਲਾਸ਼ੀ ਹੋ ਰਹੀ ਹੈ, ਪਰ ਉਹਦੇ ਵਿੱਚ ਜਿਹੜੇ ਸਾਡੇ ਰਵਾਇਤੀ ਸ਼ਾਸਤਰ ਨੇ ਜਿਵੇਂ ਕਿਰਪਾਨਾਂ ਹੋ ਗਈਆਂ, ਅਜਿਹੇ ਸ਼ਾਸਤਰ ਵੀ ਘਰਾਂ ਦੇ ਵਿੱਚੋਂ ਕੱਢੇ ਜਾ ਰਹੇ ਨੇ, ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ, ਕੀ ਮਨਸ਼ਾ ਹੋ ਸਕਦੀ? ਦੇਖੋ, ਸਿੱਖਾਂ ਨੂੰ ਇਹ ਲੋਕ ਸ਼ਸਤਰਹੀਣ ਕਰਨਾ ਚਾਹੁੰਦੇ ਆ, ਸਿੱਖਾਂ ਦੇ ਵਿੱਚ ਜਿਹੜਾ ਦਹਿਸ਼ਤ ਦਾ ਜਿਹੜਾ ਮਾਹੌਲ ਆ ਉਹ ਜਿਹੜਾ ਸਿਰਜਿਆ ਆ ਉਹ ਇਹਨਾਂ ਵੱਲੋਂ ਜਾ ਰਿਹਾ ਆ। ਸੋ ਸਿੱਖਾਂ ਨੂੰ ਇਹ ਜਿਹੜਾ ਆ ਉਹ ਡਰਾਉਣਾ ਚਾਹੁੰਦੇ ਆ। ਹੁਣ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਅਸਲੇ ਦੇ ਜਿਹੜੇ ਲਾਇਸੈਂਸ ਆ ਉਹ ਇਹਨਾਂ ਵੱਲੋਂ ਜਿਹੜੇ ਰੱਦ ਆ ਉਹ ਕੀਤੇ ਜਾ ਰਹੇ ਆ, ਨਵੇਂ ਲਾਇਸੈਂਸਾਂ ਦੇ ਬਣਾਉਣ ਦੀਆਂ ਜਿਹੜੀਆਂ ਪਾਬੰਦੀਆਂ ਆ ਉਹ ਲਾਈਆਂ ਜਾ ਰਹੀਆਂ, ਸਿੱਖਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਹਥਿਆਰ ਆ ਉਹ ਵੀ ਕੱਢਣ ਦੇ ਜਿਹੜੇ ਯਤਨ ਆ ਉਹ ਕੀਤੇ ਜਾ ਰਹੇ ਆ, ਜਦਕਿ ਇਹ ਜਿਹੜੇ ਸ਼ਸਤਰ ਹਥਿਆਰ ਆ ਇਹ ਗੁਰੂ ਸਾਹਿਬ ਨੇ ਸਾਨੂੰ ਰੱਖਣ ਦਾ ਜਿਹੜਾ ਹੁਕਮ ਆ ਉਹ ਕੀਤਾ ਆ, ਤਾਈਦ ਜਿਹੜੀ ਆ ਉਹ ਸਾਨੂੰ ਕੀਤੀ ਆ। ਗੁਰੂ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਕਿਹਾ ਆ ਕਿ ਜੇ ਸਿੱਖ ਨੇ ਦਰਸ਼ਨ ਵੀ ਕਰਨੇ ਆਉਣੇ ਆ ਸਾਡੇ ਤਾਂ ਸ਼ਸਤਰਧਾਰੀ ਹੋਣਾ, ਸ਼ਸਤਰਧਾਰੀ ਹੋ ਕੇ ਆਉਣਾ, ਜਬ ਹਮਰੇ ਦਰਸ਼ਨ ਕੋ ਆਵ ਬੰਦ ਸੁਚੇਤ ਤਨ ਸ਼ਸਤਰ ਸਜਾਵੋ। ਜਦੋਂ ਅਸੀਂ ਖਾਲਸੇ ਦੀ ਡੈਫੀਨੇਸ਼ਨ ਪਰਿਭਾਸ਼ਾ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵੀ ਸਾਨੂੰ ਸ਼ਸਤਰ ਰੱਖਣ ਦਾ ਹੁਕਮ ਆ। ਖਾਲਸਾ ਸੋ ਜੋ ਚੜ੍ਹੈ ਤਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ, ਖਾਲਸਾ ਸੋ ਜੋ ਸ਼ਸਤਰ ਕੋ ਧਾਰੇ, ਖਾਲਸਾ ਸੋ
ਜੋ ਦੁਸ਼ਟ ਕੋ ਮਾਰੇ। ਪਰ ਅੱਜ ਜਿਹੜੀ ਸਰਕਾਰ ਆ ਉਹ ਸਾਨੂੰ ਸ਼ਸਤਰਹੀਨ ਜਿਹੜਾ ਆ ਉਹ ਕਰਨਾ ਚਾਹੁੰਦੀ ਹੈ, ਪਰ ਸਿੱਖਾਂ ਨੂੰ ਆਪਣੀਆਂ ਰਵਾਇਤਾਂ ਪਰੰਪਰਾਵਾਂ ਦੇ ਉੱਤੇ ਜਿਹੜਾ ਪਹਿਰਾ ਆ ਉਹ ਦੇਣਾ ਚਾਹੀਦਾ ਆ। ਇਹ ਜਿਹੜੇ ਹਥਿਆਰ ਆ ਸ਼ਸਤਰ ਆ ਇਹ ਅਸੀਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਰੱਖੇ ਹੋਏ, ਬੇਵਜ੍ਹਾ ਕਿਸੇ ਨੂੰ ਕਤਲ ਕਰਨ ਵਾਸਤੇ ਨਹੀਂ ਜਿਹੜਾ ਆ ਉਹ ਰੱਖੇ ਹੋਏ। ਸੋ ਇਹ ਜਿਹੜੇ ਸ਼ਸਤਰ ਆ ਆਪਣੀ ਰਾਖੀ ਦੇ ਲਈ, ਆਪਣੇ ਧਰਮ ਦੀ ਰਾਖੀ ਦੇ ਲਈ, ਆਪਣੇ ਇਸ਼ਟ ਦੀ ਰਾਖੀ ਦੇ ਲਈ, ਮਜ਼ਲੂਮਾਂ ਦੀ ਰਾਖੀ ਦੇ ਲਈ ਜਿਹੜਾ ਆ ਉਹ ਰੱਖੇ ਹੋਏ ਆ। ਸਰਕਾਰ ਜਾਣ ਬੁੱਝ ਕੇ ਗੰਦ ਕਲਚਰ ਕਹਿ ਕੇ ਜਾਂ ਹਿੰਦੂ ਮੀਡੀਆ ਦੇ ਵੱਲੋਂ ਇਹ ਇੱਕ ਜਿਹੜਾ ਡਰ ਆ ਭਉ ਆ ਜਿਹੜਾ ਆ ਉਹ ਪੈਦਾ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਜਥੇ ਦੇ ਸਿੰਘ ਨੇ ਜਿਵੇਂ ਭਗਵੰਤ ਸਿੰਘ ਹੋ ਗਏ ਉਰਫ ਪ੍ਰਧਾਨ ਮੰਤਰੀ, ਉਹਨਾਂ ਦੇ ਉੱਤੇ FIR ਦਰਜ ਕਰ ਦਿੱਤੀ ਗਈ, 2-3 ਹੋਰ ਸਿੰਘ ਨੇ ਉਹਨਾਂ ਦੇ ਉੱਤੇ FIR ਦਰਜ ਕਰ ਦਿੱਤੀ ਗਈ, ਉਸ ਚੀਜ਼ ਨੂੰ ਕਿੱਦਾਂ ਦੇਖਦੇ? ਦੇਖੋ ਸਿੰਘਾਂ ਉੱਤੇ ਪਹਿਲਾਂ ਵੀ ਜਿਹੜੇ ਕੇਸ ਆ ਉਹ ਪੈਂਦੇ ਰਹੇ ਆ, ਅਤੇ ਜੇਕਰ ਇਹ ਵੀ ਪੈ ਗਿਆ ਕੋਈ ਗੱਲਬਾਤ ਨਹੀਂ, ਪਰ ਸਰਕਾਰ ਦੇ ਇਸ ਘਟੀਆ ਵਰਤਾਰੇ ਦੀ ਜਿਹੜੀ ਆ ਉਹ ਨਿਖੇਧੀ ਆ ਉਹ ਕਰਦੇ ਆ। ਤੁਸੀਂ ਦੇਖੋ ਕਿ ਆਹ ਜਿਹੜੇ ਸ਼ਿਵ ਸੈਨਿਕ ਆ RSS ਵਾਲੇ, ਇਹਨਾਂ ਨੇ ਕਿੰਨੇ ਹਥਿਆਰ ਰੱਖੇ ਆ, ਇਹਨਾਂ ਉੱਤੇ ਤਾਂ ਜਿਹੜੇ ਕੋਈ ਪਾਬੰਦੀ ਨਹੀਂ। RSS ਦਾ ਜਿਹੜਾ ਮੁੱਖ ਹੈੱਡਕੁਆਰਟਰ ਆ ਨਾਗਪੁਰ, ਉੱਥੇ ਬੰਬਾਂ ਦੇ ਜਿਹੜੇ ਭੰਡਾਰ ਆ, ਪਰ ਉਹਨਾਂ ਉੱਤੇ ਜਿਹੜੀਆਂ ਉਹ ਕੋਈ ਪਾਬੰਦੀਆਂ ਨਹੀਂ। ਆਹ ਖੌਤੀ ਸ਼ਿਵ ਸੈਨਿਕ ਇੰਨੀਆਂ ਸਿਕਿਉਰਿਟੀਆਂ ਲਈ ਫਿਰਦੇ, ਇਹਦੇ ਬੋਡੀਗਾਰਡ ਜਿਹੜੇ ਆ ਉਹ ਰੱਖੀ ਫਿਰਦੇ। ਸਰਕਾਰ ਨੇ ਖੁਦ ਜਿਹੜੇ ਏਡੇ ਏਡੇ ਜਿਹੜੇ ਵੱਡੇ ਨਿਊਕਲੀਅਰ ਵਰਗੇ ਜਿਹੜੇ ਬੰਬ ਆ ਉਹ ਬਣਾਏ ਹੋਏ ਆ, ਅਤੇ ਜੇਕਰ ਸ਼ਸਤਰ ਰੱਖਣੇ, ਹਥਿਆਰ ਰੱਖਣੇ ਇੰਨੇ ਹੀ ਮਾੜੇ ਆ, ਅਤੇ ਇਹਨਾਂ ਨੇ ਆਪ ਜਿਹੜੇ ਬਾਰਡਰਾਂ ਦੇ ਉੱਤੇ ਫੌਜਾਂ ਜਿਹੜੀਆਂ ਤੋਪਾਂ ਆ ਉਹ ਕਿਉਂ ਬੀੜੀਆਂ ਹੋਈਆਂ, ਫੌਜਾਂ ਨੂੰ ਜਿਹੜਾ ਵਾਪਸ ਆ ਉਹ ਜਿਹੜਾ ਆ ਉਹ ਬੁਲਾ ਦੇਣ। ਆਹ ਸਾਰੇ ਜਿੰਨੇ ਰਾਜਨੀਤਿਕ ਸਿਆਸੀ ਲੀਡਰ ਆ ਇਹਨਾਂ ਸਾਰਿਆਂ ਨੇ ਜਿਹੜੇ ਹਥਿਆਰ ਆ ਉਹ ਰੱਖੇ ਹੋਏ ਆ, ਪਰ ਕਿਸੇ ਸਿੱਖ ਦੇ ਹਥਿਆਰ ਵਿੱਚ ਜਿਹੜੇ ਸਿੱਖ ਦੇ ਹੱਥ ਵਿੱਚ ਹਥਿਆਰ ਇਹਨਾਂ ਨੂੰ ਬਹੁਤ ਚੁੱਭ ਰਹੇ ਆ। ਸੋ ਇਹ ਬਹੁਤ ਜਿਹੜੀ ਘਟੀਆ ਜਿਹੜੀ ਆ ਉਹ ਗੱਲ ਆ। ਸਰਕਾਰ ਨੂੰ ਆਪਣੀਆਂ ਇੰਨੀਆਂ ਕਮੀਨੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ। 1984 ਵਾਲਾ ਮਾਹੌਲ ਸਿੱਖ ਨਹੀਂ ਬਲਕਿ ਜਿਹੜਾ ਸਰਕਾਰ ਆ ਉਹ ਬਣਾ ਰਹੀ ਆ। ਜਿਵੇਂ 1984 ਵਿੱਚ ਇਹਨਾਂ ਨੇ ਸਾਡਾ ਕਤਲੇਆਮ ਕੀਤਾ, ਸਰਕਾਰ ਦੀ ਇਹ ਮਨਸ਼ਾ ਰਹਿੰਦੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖਾਂ ਨੂੰ ਜਿਹੜਾ ਖਤਮ ਆ ਉਹ ਕੀਤਾ ਜਾਵੇ। ਕਦੀ ਸਾਡੀ ਸਰੀਰਕ ਨਸਲਕੁਸ਼ੀ ਕਰਦੇ, ਕਦੇ ਮਾਨਸਿਕ ਕਰਦੇ, ਕਦੀ ਸਿਧਾਂਤਕ ਰੂਪ ਦੇ ਵਿੱਚ ਜਿਹੜੀ ਆ ਉਹ ਕਰ ਰਹੇ ਆ। ਮਾਹੌਲ ਤਾਂ ਸਰਕਾਰ ਸਿਰਜ ਰਹੀ ਆ, ਪਰ ਉਲਟਾ ਸਿੱਖਾਂ ਨੂੰ ਜਿਹੜਾ ਨਿੰਦਿਆ ਭੰਡਿਆ ਬਦਨਾਮ ਜਿਹੜਾ ਆ ਉਹ ਕੀਤਾ ਜਾ ਰਿਹਾ ਹੈ। ਤੁਹਾਨੂੰ ਲੱਗਦਾ ਵੀ ਇਕੱਲੇ ਸਿੰਘ ਨੂੰ ਟਾਰਗੇਟ ਕਰਨਗੇ ਜਿੰਨੇ ਜਥੇ ਦੇ ਵਿੱਚ ਨੇ? ਸ਼ੁਰੂਆਤ ਹੋ ਗਈ ਹੈ, 2-3 ਸਿੰਘਾਂ ਦੇ ਉੱਤੇ FIR ਹੋ ਗਈ ਹੈ, ਬਾਕੀ ਵੀ ਜਿਹੜੇ ਨਾਲ ਦੇ ਰਹਿੰਦੇ ਸਿੰਘ ਨੇ, ਕਿਉਂਕਿ ਸ਼ਾਸਤਰ ਤਾਂ ਨਾਲ ਹੀ ਰਹਿੰਦੇ ਨੇ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਜਾਣਗੇ, ਸ਼ਾਸਤਰ ਹਥਿਆਰ ਤਾਂ ਨਾਲ ਹੀ ਜਾਣਗੇ, ਫਿਰ ਲੱਗਦਾ ਵੀ ਇਕੱਲੇ ਦੇ ਉੱਤੇ FIR ਕਰਨਗੇ ਇਸੇ ਤਰੀਕੇ ਨਾਲ? ਮੈਂ ਆਖਿਆ ਕਿ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਜਥੇ ਉੱਤੇ ਨਹੀਂ, ਇਹ ਹਰੇਕ ਸਿੱਖ ਦੇ ਉੱਤੇ ਜਿਹੜੀ FIR ਪਰਚਾ ਆ ਉਹ ਕਰ ਸਕਦੇ ਆ, ਕਿਉਂਕਿ ਇਹ ਸਾਨੂੰ ਡਰਾਉਣਾ ਚਾਹੁੰਦੇ ਆ, ਸਾਡੇ ਵਿੱਚ ਦਹਿਸ਼ਤ ਦਾ ਜਿਹੜਾ ਮਾਹੌਲ ਆ ਸਿਰਜਣਾ ਚਾਹੁੰਦੇ। ਇਹੀ ਕੁਝ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ਼ ਵੀ ਇਹੀ ਵਰਤਾਰਾ ਜਿਹੜਾ ਆ ਉਹ ਵਾਪਰਦਾ ਰਿਹਾ, ਉਹਨਾਂ ਨੂੰ ਵੀ ਇਹੀ ਕਹਿ ਕੇ ਜਿਹੜਾ ਨਿੰਦਿਆ ਭੰਡਿਆ ਬਦਨਾਮ ਜਿਹੜਾ ਆ ਉਹ ਕੀਤਾ ਜਾਂਦਾ ਰਿਹਾ। ਜਦਕਿ ਉਸ ਸਮੇਂ ਵੀ ਜਿਹੜੇ ਸ਼ਸਤਰ ਹੁੰਦੇ ਸਨ ਉਹ ਸਾਰੇ ਲਾਇਸੈਂਸੀ ਹੁੰਦੇ ਸਨ, ਹੁਣ ਵੀ ਜਿੰਨੇ ਵੀ ਸ਼ਸਤਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਜਥੇ ਦੇ ਕੋਲ ਆ ਉਹ ਸਾਰੇ ਲਾਇਸੈਂਸੀ ਆ, ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਆ ਉਹ ਸ਼ਸਤਰ ਆ ਹਥਿਆਰ ਆ। ਤਾਂ ਫਿਰ ਸਰਕਾਰ ਇਹ ਇੰਨਾ ਵੱਡਾ ਜਿਹੜਾ ਹਊਆ ਆ ਉਹ ਕਿਉਂ ਜਿਹੜਾ ਖੜਾ ਆ ਉਹ ਕਰ ਰਹੀ ਆ? ਸੋ ਸਰਕਾਰ ਨੇ ਖੁਦ ਆਪ ਇੰਨੇ ਜਿਹੜੇ ਹਥਿਆਰ ਆ ਉਹ ਰੱਖੇ ਹੋਏ ਆ, ਪਰ ਸਿੱਖ ਕੌਮ ਦੀ ਇੱਕ ਜਿਹੜੀ ਕਿਰਪਾਨ ਆ, ਜਿਹੜੀ ਸਿੱਖਾਂ ਨੇ ਹੱਥ ਵਿੱਚ ਕਿਰਪਾਨ ਰੱਖੀ ਹੁੰਦੀ ਆ, ਵਰਸ਼ਾ ਰੱਖਿਆ ਹੁੰਦਾ, ਉਹ ਵੀ ਇਹਨਾਂ ਨੂੰ ਜਿਹੜਾ ਆ ਉਹ ਚੁੱਭ ਰਿਹਾ ਆ। ਸੋ ਇਹ ਜਿਹੜੀਆਂ ਗੱਲਾਂ ਆ ਉਹ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਲੰਮੇ ਸਮੇਂ ਤੋਂ ਵਿਚਰ ਰਹੇ ਹੋ, ਲੰਮੇ ਸਮੇਂ ਤੋਂ ਪ੍ਰਚਾਰ ਕਰ ਰਹੇ ਹੋ, ਲਿਖਤਾਂ ਦੇ ਰਾਹੀਂ ਪ੍ਰਚਾਰ ਕਰ ਰਹੇ ਹੋ, ਅੱਜ ਕਿੰਨਾ ਕੁ ਬਦਲਾਅ ਦੇਖਦੇ ਹੋ? ਕੋਈ ਨਜ਼ਰ ਆਉਂਦਾ ਵੀ ਕੋਈ ਮਾਹੌਲ ਅੱਗੇ ਨਾਲੋਂ ਬਦਲਿਆ ਲੱਗਦਾ ਤੁਹਾਨੂੰ? ਦੇਖੋ ਜੇਕਰ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦੀ ਜਿਹੜੀ ਸਿੱਖ ਕੌਮ ਪ੍ਰਤੀ ਜਿਹੜੀ ਨੀਤੀ ਆ ਉਹ ਅੱਜ ਵੀ ਜਿਉਂ ਦੀ ਤਿਉਂ ਆ। ਸਿੱਖਾਂ ਦੇ ਵਿੱਚ ਨੌਜਵਾਨੀ ਦੇ ਵਿੱਚ ਕਿੰਨਾ ਕੁ ਬਦਲਾਅ ਦੇਖ ਰਹੇ ਹੋ? ਦੇਖੋ ਨੌਜਵਾਨਾਂ ਦੇ ਵਿੱਚ ਜਿਹੜਾ ਕਾਫੀ ਵੱਡਾ ਜਿਹੜਾ ਬਦਲਾਅ ਆ ਉਹ ਦੇਖਣ ਨੂੰ ਮਿਲ ਰਿਹਾ ਆ, ਇਹਦੇ ਵਿੱਚ ਜਿਹੜਾ ਕੋਈ ਸ਼ੱਕ ਨਹੀਂ ਆ। ਪਿਛਲੇ ਸਮੇਂ ਦੇ ਵਿੱਚ ਹਕੂਮਤ ਨੇ ਜਿਹੜਾ ਮਾਹੌਲ ਬਣਾਇਆ ਸੀ ਉਹਦੇ ਕਰਕੇ ਜਿਹੜੇ ਸਾਡੇ ਜਿਹੜੇ ਨੌਜਵਾਨ ਆ ਉਹ ਨਸ਼ੇੜੀ ਜਿਹੜੇ ਆ ਉਹ ਬਣ ਰਹੇ ਸਨ, ਆਪਣੇ ਧਰਮ ਇਤਿਹਾਸ ਵਿਰਸੇ ਸੱਭਿਆਚਾਰ ਤੋਂ ਜਿਹੜਾ ਆ ਉਹ ਦੂਰ ਹੋ ਰਹੇ ਸਨ। ਪਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਰਤਾਰੇ ਕਰਕੇ ਜਿਹੜੇ ਨੌਜਵਾਨ ਆ ਉਹ ਸਿੱਖੀ ਸਰੂਪ ਦੇ ਵਿੱਚ ਜਿਹੜੇ ਆ ਰਹੇ ਆ, ਜਿਹੜੇ ਸੰਘਰਸ਼ੀ ਆ ਉਹ ਬਣ ਰਹੇ ਆ, ਆਪਣੇ ਧਰਮ ਦੀ ਜਿਹੜੀ ਰਾਖੀ ਕਰਨ ਦਾ ਜਿਹੜਾ ਯਤਨ ਆ ਉਹ ਕਰ ਰਹੇ ਆ, ਅਤੇ ਨੌਜਵਾਨਾਂ ਦੇ ਵਿੱਚ ਆਪਣੇ ਧਰਮ ਪ੍ਰਤੀ ਵੀ ਜਿਹੜੀ ਵੱਡੀ ਜਿਹੜੀ ਜਾਗਰਤੀ ਆ ਉਹ ਆਈ ਆ। ਇਹਦੇ ਵਿੱਚ ਬਹੁਤ ਵੱਡਾ ਹੱਥ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਵੀ ਆ, ਸੋਸ਼ਲ ਮੀਡੀਆ ਕਰਕੇ ਵੀ ਜਿਹੜੀ ਬਹੁਤ ਵੱਡੀ ਜਿਹੜੀ ਜਾਗਰਤੀ ਆ ਉਹ ਨੌਜਵਾਨਾਂ ਦੇ ਵਿੱਚ ਆਈ ਆ। ਅਤੇ ਹੁਣ ਅੱਜ ਦਾ ਜਦੋਂ ਨੌਜਵਾਨ ਮਹਿਸੂਸ ਕਰ ਰਿਹਾ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਆ, ਪਰ ਸਿੱਖਾਂ ਨੂੰ ਜਦੋਂ ਕੋਈ ਇਨਸਾਫ਼ ਨਹੀਂ ਮਿਲ ਰਿਹਾ, ਦੋਸ਼ੀ ਜਿਹੜੇ ਆ ਉਹ ਫੜੇ ਨਹੀਂ ਜਾ ਰਹੇ, ਤਾਂ ਸਿੱਖ ਫਿਰ ਆਪਣੇ ਧਰਮ ਦੇ ਹੱਕਾਂ ਦੇ ਵਾਸਤੇ ਹਕੂਕਾਂ ਦੇ ਵਾਸਤੇ ਜਿਹੜੇ ਕਮਰ ਕਸੇ ਆ ਉਹ ਕਰ ਰਹੇ ਆ। ਲਾਸਟ ਸਵਾਲ ਆ ਭਾਈ ਸਾਹਿਬ, ਜਿਹੜੇ ਪੰਥ ਦੇ ਕੁਝ ਕੁ ਅਹਿਮ ਬੜੇ ਅਹਿਮ ਮੁੱਦੇ ਨੇ ਜਿਵੇਂ ਬਰਗਾੜੀ ਵਾਲਾ ਮਸਲਾ ਹੋ ਗਿਆ, 328 ਸਰੂਪਾਂ ਦਾ ਮਸਲਾ ਹੋ ਗਿਆ, ਬੰਦੀ ਸਿੰਘਾਂ ਦਾ ਮਸਲਾ ਹੋ ਗਿਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਦੇਖਦੇ?
देखो मसले अज भी जो ज्यों दे त्यों कायम आ, लंबे समय तो जरा कौम दे वलों जरा संघर्ष आ वह शुरू किया गया आ, लगातार जरा संघर्ष आ वह जारी आ। साडे बंदी सिंह वो सजावं पूरियां भी कर चुके आ, पर उन्होंने रिहा नहीं किया जा रहा। हिंदुस्तान की हकूमत वो साड़ी अणख नूं जरा आ वह मारना चाहती है, सानू नीवा जरा विखाना चाहती है, सानू जरा सबक आ वो जरा आ वह सिखाना चाहती है। पर लगातार कौम दे वल्लों संघर्ष किया जा रहा कि जदों सजावं पूरियां कर चुके फिर उन्होंने सिंगां नूं क्यों जरा रिहा आ वो नहीं जरा आ वह किया जा रहा। दूजे पासे जेकर बेअदबियां दा मामला वेखीए कि भावें साडे सामने बड़े पंथ अते पंजाब दे मुद्दे आ, पर सब तो जिहड़ा अहम अते गंभीर मुद्दा आ श्री गुरु ग्रंथ साहिब महाराज जी दीआं बेअदबियां दा आ, उहनां दे इनसाफ दा आ, गुरु साहिब जी दे सतकार दा आ। पर वेखो कि पहलां तां दोषी फड़े नहीं जांदे, जेकर सिख कौम दे दबाअ हेठ दोषी फड़ वी लए जाण तां बहुत छेती उहनां नूं जमानतां ते रिहा कर दित्ता जांदा आ, उहनां नूं जिहड़ियां सिक्योरिटीआं दित्तीआं जांदीआं। इह सिख कौम नूं बड़ा वड्डा संताप एक मानसिक जिहड़ी पीड़ आ वो सरकारां वल्लों दित्ती जांदी आ। फिर सिख जदों कोई राह नहीं बचदा फिर सिख अपने हत्थी बेअदबी दे दोषियां नूं जिहड़ियां सजावां आ वो देंदे आ। बैबल कलां दे विच जिहड़े दो सिंघ शहीद होए आ लंबे समय तो, जिहड़े शहीदां दे वारस आ भाई सुखराज सिंह जी, शहीद भाई कृष्ण भगवान सिंह दे जिहड़े सपुत्तर आ, वह मोर्चा ला के बैठे हुए आ, लंबा समा हो चुका आ पर इनसाफ जिहड़ा आ वह नहीं मिल रहा। भाई अमृतपाल सिंह खालसा ने उत्थे ऐलान किया पिछली बारी कि जेकर सरकार ने डेढ़ महीने का समा मंगिया तो असी डेढ़ महीने का समा देने, पर जेकर डेढ़ महीने च इंसाफ ना दिता जिथे इन्ना समा लंघ गया उत्थे कुछ होर समा भी कढ़ लैंदे आ तो फिर जिहड़ा खालसे की हकूमत का जिहड़ा ऐलान आ वह किया जाएगा, सरबत खालसा जिहड़ा आ वह बुलाया जाएगा। वड्डी पद्धर ते जिहड़ी सिख संगत आ वह भाई अमृतपाल सिंह तो वड्डियां आसां जिहड़ियां उम्मीदां आ वह रख रही है। सो आस करते हैं कि भाई अमृतपाल सिंह खालसा वो इस संघर्ष में जिहड़ा आ वह अगे तोरनगे ते खालसे की हकूमत का जिहड़ा ऐलान आ वह फिर करनगे। लगता है जदों आनंदपुर साहब पहुंचेगा जत्था हो सकता उत्थे सरबत खालसा बुला लिया जाए। देखो भाई अमृतपाल सिंह खालसा पूरियां तैयारियां दे विच जिहड़ा आ वह लगे हुए आ। सो अज जिहड़ा श्री अकाल तख्त साहब तो श्री आनंदपुर साहब तक खालसा जिहड़ा विहीर आ वो जा रहा, रस्ते में अनेक सिख संगतां ने उन्हां दे जत्थे दे नाल जिहड़ा आ वो जुड़ना, संगतां दे विच वड्डी जिहड़ी जागृति आ वो आउणी आ, संगतां नूं जिहड़ा बन्नण दे जिहड़े जतन आ वो कीते जा रहे आ। सो भविख दे विच भाई अमृतपाल सिंह खालसा वल्लों वड्डा जिहड़ा प्रोग्राम आ वह भी दित्ता जा सकदा आ। सो अजिहे प्रोग्राम की सिख कौम दे वल्लों जिहड़ी उम्मीद आ वह भी जिहड़ा आ वह कीती जा रही है। धन्यवाद जी। इह सन भाई रणजीत सिंह जी दमदमी टकसाल तों, इन्हां दा कहिणा कि पंजाब दे विच अज दो तीन सिखां दे उत्ते जिहड़ा एफ आई आर दर्ज होईआं ने, गल इत्थे नहीं खड़न वाली, पंजाब दे हर सिख दे उत्ते एफ आई आर दर्ज की जा सकती है क्योंकि हुकूमतां सानू डराउणा धमकाउणा चाहुंदियां ने, सानू इस रस्ते तो मोड़ना चाहुंदियां ने जिस रस्ते ते असीं तुरे होए आ। ते इक इन्हां ने गल की कि जिहड़ा भाई अमृतपाल सिंह होरां दे वल्लों कहा गया सीगा कि डेढ़ महीने बाद सरबत खालसा सदांगे अपनी हुकूमत का ऐलान करांगे, असी उम्मीद करते हाँ कि बहुत जल्दी सरबत खालसा भी सद्या जाएगा और अपनी हुकूमत का ऐलान भी किया जाएगा। इतने होर भी शख्सियत इस मार्च के हिस्सा लैन इस वहीर के हिस्सा लैन पहुंचिया हुई, सारे के नाल गलबात करने के यतन करांगे। दिओ आग्या, वाहिगुरू जी का खालसा, वाहिगुरू जी।